ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਲੋਕ ਸਭਾ ਹਲਕਾ ਜਲੰਧਰ ਤੋਂ ਚੌਧਰੀ ਸੰਤੋਖ ਸਿੰਘ ਦੀ ਜਿੱਤ ਦੀ ਖੁਸ਼ੀ ਵਿੱਚ ਪਿੰਡ ਰੁੜਕਾ ਕਲਾਂ ਵਿਖੇ ਪ੍ਰਧਾਨ ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਲੱਡੂ ਵੰਡੇ ਗਏ। ਇਸ ਮੌਕੇ ਕਾਂਗਰਸੀ ਆਗੂਆਂ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਆਪਣੀ ਇਸ ਖੁਸ਼ੀ ਨੂੰ ਸਾਂਝਾ ਕਰਦਿਆਂ ਚੌਧਰੀ ਸੰਤੋਖ ਸਿੰਘ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਵੋਟਰਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸੁਭਾਸ਼ ਮੈਨੀ, ਜਗਜੀਵਨ ਸਿੰਘ ਭੋਗਲ, ਪਵਨ ਕੁਮਾਰ ਕਈ, ਬੂਟਾ ਰਾਮ ਕਈ, ਗੁਰਵਿੰਦਰ ਸਿੰਘ ਪ੍ਰਧਾਨ, ਜਗਮਿੰਦਰ ਪਾਲ ਸਿੰਘ, ਚੰਦਨ ਤਿਵਾੜੀ, ਸੰਦੀਪ ਸਿੰਘ, ਸਨਮਜੀਤ ਸਿੰਘ, ਬਲਵਿੰਦਰ ਸਿੰਘ, ਜੀਵਨ ਕੁਮਾਰ, ਮਲਕੀਤ ਮੇਲੀ, ਬਲਵੀਰ ਸਿੰਘ, ਰਾਜਕੁਮਾਰ, ਕਰਨਦੀਪ, ਸ਼ਾਮ ਲਾਲ, ਜਤਿੰਦਰ ਕੁਮਾਰ ਕਾਕਾ, ਗੁਰਨੇਕ ਸਿੰਘ, ਕੁਲਜੀਤ ਸਿੰਘ ਜੌਹਨ, ਮੀਸ਼ੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਸਨ। ਅੱਜ ਰੁੜਕਾ ਕਲਾਂ ਦੇ ਵਿੱਚ ਚੌਧਰੀ ਸੰਤੋਖ ਸਿੰਘ ਜੀ ਦੀ ਮੈਂਬਰ ਪਾਰਲੀਮੈਂਟ ਦੀ ਸੀਟ ਜਿੱਤਣ ਦੀ ਖੁਸ਼ੀ ਦੇ ਵਿੱਚ ਜਿੱਥੇ ਪਿੰਡ ਦੇ ਨੌਜਵਾਨਾਂ ਨੇ ਸਾਰੇ ਕਾਂਗਰਸੀ ਵੀਰਾਂ ਨੇ ਇਕੱਠੇ ਹੋ ਕੇ ਅੱਜ ਲੱਡੂਆਂ ਦੇ ਨਾਲ ਲੋਕਾਂ ਦਾ ਮੂੰਹ ਮਿੱਠਾ ਕਰਾਇਆ, ਉੱਥੇ ਮੈਂ ਸਾਰੇ ਹੀ ਪਿੰਡ ਵਾਸੀਆਂ ਦਾ ਜਿਨ੍ਹਾਂ ਨੇ ਸਾਨੂੰ ਵੱਡੀ ਲੀਡ ਦੇ ਨਾਲ ਪਿੰਡ ਦੇ ਵਿੱਚੋਂ ਬਹੁਤ ਵੱਡਾ ਸਹਿਯੋਗ ਦਿੱਤਾ ਆ, ਉਹਨਾਂ ਇਕੱਲੇ ਇਕੱਲੇ ਆ ਤਾਂ ਮੈਂ ਬਹੁਤ ਹੀ ਧੰਨਵਾਦ ਕਰਦਾ ਹਾਂ। ਅਤੇ ਮੈਂ ਆਪਣੀ ਟੀਮ ਦਾ, ਖਾਸ ਕਰਕੇ ਵਲੰਟੀਅਰਾਂ ਦਾ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਆ, ਉਹਨਾਂ ਦਾ ਬਹੁਤ ਧੰਨਵਾਦ ਕਰਦਾ, ਇਲਾਕੇ ਦਾ ਬਹੁਤ ਧੰਨਵਾਦ ਕਰਦਾ। ਹਿੰਦੁਸਤਾਨ ਦੀ 17ਵੀਂ ਲੋਕ ਸਭਾ ਵਾਸਤੇ ਪੂਰੇ ਹਿੰਦੁਸਤਾਨ ਦੇ ਵੋਟਰਾਂ ਨੇ ਮਤਦਾਨ ਕੀਤਾ, ਜਿਸ ਵਿੱਚ ਪੰਜਾਬ ਦੇ ਵਿੱਚੋਂ ਵੀ ਮਤਦਾਨ ਹੋਇਆ। ਜਲੰਧਰ ਸੰਸਦੀ ਸੀਟ ਤੋਂ ਚੌਧਰੀ ਸੰਤੋਖ ਸਿੰਘ ਜੀ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਜੀ ਨੇ ਟਿਕਟ ਦੇ ਕੇ ਉਹਨਾਂ ਨੂੰ ਨਿਵਾਜਿਆ। ਸੋ ਮੈਂ ਬਹੁਤ ਹੀ ਧੰਨਵਾਦੀ ਹਾਂ। ਮੈਂ ਜਗਜੀਵਨ ਭੋਗਲ, ਸਕੱਤਰ ਕਾਂਗਰਸ ਕਮੇਟੀ ਬਲੌਕ ਰੁੜਕਾ ਕਲਾਂ, ਸਾਰੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਚੌਧਰੀ ਸਾਹਿਬ ਨੂੰ ਆਪਣਾ ਮਤਦਾਨ ਕਰਕੇ ਦੁਬਾਰਾ ਫਿਰ ਸੰਸਦੀ ਸੀਟ ਦੇ ਉੱਤੇ, ਜਲੰਧਰ ਸੰਸਦੀ ਸੀਟ ਦੇ ਉੱਤੇ ਦਿੱਲੀ ਸਰਕਾਰ ਵਿੱਚ ਭੇਜਿਆ ਹੈ। ਸੋ ਸਾਰੇ ਹੀ ਬਲੌਕ ਰੁੜਕਾ ਕਲਾਂ ਦੇ ਸਾਰੇ ਵੋਟਰਾਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਉਮੀਦ ਕਰਦਾ ਹਾਂ ਕਿ ਇਸੇ ਤਰ੍ਹਾਂ ਜਿਸ ਤਰ੍ਹਾਂ ਐਤਕੀ ਉਹਨਾਂ ਨੇ ਸਾਰੇ ਵੋਟਰਾਂ ਨੇ ਮਿਹਨਤ ਕੀਤੀ ਆ, ਇਸੇ ਤਰ੍ਹਾਂ ਅੱਗੇ ਵੀ ਮਿਹਨਤ ਕਰਕੇ ਦੁਬਾਰਾ ਫਿਰ ਕਾਂਗਰਸ ਨੂੰ ਮਜ਼ਬੂਤ ਕਰਨਗੇ। ਨਗਰ ਨਿਵਾਸੀ ਭੈਣੋ ਅਤੇ ਭਰਾਵੋ ਅਤੇ ਬਜ਼ੁਰਗੋ, ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਤੁਹਾਡਾ ਸਹਿਯੋਗ, ਤੁਹਾਡੀ ਮਿਹਨਤ ਅਤੇ ਤੁਹਾਡਾ ਟਾਈਮਲੀ ਫੈਸਲਾ ਲੈਣਾ ਇੱਕ ਬਹੁਤ ਵੱਡੀ ਪ੍ਰਾਪਤੀ ਆ ਕਿ ਅੱਜ ਹਲਕਾ ਜਲੰਧਰ ਤੋਂ ਸਾਡੇ ਮਾਣਯੋਗ ਉਮੀਦਵਾਰ ਚੌਧਰੀ ਸੰਤੋਖ ਸਿੰਘ ਜੀ, ਜਿਨ੍ਹਾਂ ਨੂੰ ਤੁਸੀਂ ਆਪਣਾ ਦਿੱਲੀ ਸਹਿਯੋਗ ਦੇ ਕੇ ਦੂਸਰੀ ਵਾਰੀ ਪਾਰਲੀਮੈਂਟ ਦੇ ਵਿੱਚ ਭੇਜਿਆ ਤਾਂ ਕਿ ਉਹ ਤੁਹਾਡੀਆਂ ਲੋੜਾਂ ਨੂੰ ਮੱਦੇਨਜ਼ਰ ਰੱਖ ਕੇ ਤੁਹਾਡਾ ਹਰ ਪੱਖ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਰੱਖਣ। ਮੈਂ ਤੁਹਾਨੂੰ ਸਾਰੇ ਵਰਕਰਾਂ ਨੂੰ, ਚੌਧਰੀ ਸੰਤੋਖ ਸਿੰਘ ਜੀ ਨੂੰ ਔਰ ਬਾਕੀ ਇਸ ਇਲਾਕੇ ਦੇ ਲੋਕਾਂ ਨੂੰ ਮੁਬਾਰਕਬਾਦ ਦਿੰਦਾ ਔਰ ਉਮੀਦ ਰੱਖਦਾ ਵੀ ਜਿਸ ਤਰ੍ਹਾਂ ਤੁਸੀਂ ਇਹ ਸਾਥ ਸਾਡਾ ਦਿੱਤਾ, ਦਿੱਲੀ ਸਾਥ ਦਿੱਤਾ, ਇਸ ਤਰ੍ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡਾ ਸਾਥ ਦਿੰਦੇ ਰਹੋਗੇ। ਆਪ ਸਾਰਿਆਂ ਦਾ ਦੁਬਾਰਾ ਇਸ ਫੰਕਸ਼ਨ 'ਚ ਅਟੈਂਡ ਕਰਨ ਲਈ ਦੁਬਾਰਾ ਧੰਨਵਾਦ। ਅੱਜ ਰੁੜਕਾ ਕਲਾਂ ਦੇ ਅਸੀਂ ਕਾਂਗਰਸ ਪਾਰਟੀ ਦੇ ਜਿੰਨੇ ਵੀ ਵਲੰਟੀਅਰਜ਼ ਵੀਰ ਆਪਾਂ ਲੋਕ ਸਭਾ ਇਲੈਕਸ਼ਨ ਦੇ ਵਿੱਚ ਜ਼ੋਰ ਲਾ ਕੇ ਚੌਧਰੀ ਸਾਹਿਬ ਨੂੰ ਜਿਤਾਇਆ,
ਇਹ ਸਾਰੇ ਵਲੰਟੀਅਰ ਵੀਰਸ ਦਾ, ਵੋਟਰਸ ਦਾ, ਸਾਰੇ ਸਪੋਰਟਰਸ ਦਾ, NRA ਵੀਰਾਂ ਦਾ ਜਿਨ੍ਹਾਂ ਨੇ ਇੰਨਾ ਸਹਿਯੋਗ ਕੀਤਾ, ਅਸੀਂ ਉਹਨਾਂ ਸਾਰਿਆਂ ਦਾ ਆਪਣੀ ਪਾਰਟੀ ਵੱਲੋਂ ਰੁੜਕੇ ਦੇ ਯੂਥ ਵੱਲੋਂ ਧੰਨਵਾਦ ਕਰਦੇ ਹਾਂ। ਅਤੇ ਚੌਧਰੀ ਬਿਕਰਮਜੀਤ ਸਿੰਘ ਜੀ, ਚੌਧਰੀ ਸੰਤੋਖ ਸਿੰਘ ਜੀ, ਉਹਨਾਂ ਨੂੰ ਅਸੀਂ ਆਪਣੇ ਪੂਰੇ ਇਲਾਕੇ ਵੱਲੋਂ, ਪਿੰਡ ਵੱਲੋਂ, ਪੂਰੇ ਵਲੰਟੀਅਰਸ ਵੱਲੋਂ, ਆਪਣੀ ਟੀਮ ਵੱਲੋਂ ਵਧਾਈਆਂ ਵੀ ਦਿੰਦੇ ਹਾਂ। ਅਤੇ ਉਮੀਦ ਕਰਦੇ ਹਾਂ ਕਿ ਪਿੰਡ ਦੇ ਜਿੰਨੇ ਨੌਜਵਾਨ ਵੀਰ, ਸਾਥੀ, ਬਜ਼ੁਰਗ, ਭੈਣਾਂ, ਮਾਤਾਵਾਂ, ਉਹਨਾਂ ਨੇ ਜਿੱਦਾਂ ਸਹਿਯੋਗ ਸਾਨੂੰ ਇਸ ਇਲੈਕਸ਼ਨ ਦੇ ਵਿੱਚ ਦਿੱਤਾ, ਬਹੁਤ ਹੀ ਭਰਮਾ ਹੁੰਗਾਰਾ ਦਿੱਤਾ। ਅਤੇ ਉਮੀਦ ਵੀ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਾਡਾ ਇੱਦੇ ਸਾਥ ਦਿੰਦੇ ਰਹਿਣਗੇ, ਅਤੇ ਅਸੀਂ ਕਾਂਗਰਸ ਪਾਰਟੀ ਨੂੰ ਪਿੰਡ ਲੈਵਲ 'ਤੇ, ਇਲਾਕੇ ਲੈਵਲ 'ਤੇ ਹੋਰ ਉੱਤੇ ਚੁੱਕਣ ਦੀ ਕੋਸ਼ਿਸ਼ ਕਰਾਂਗੇ।